ਹਿੰਦੀ ਵਾਲੀ ਭੈਣ ਵੀ ਨਾਲ ਆਈ ਸਾਡੇ ਘੁੰਗ ਵੱਟ ਕੇ। ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿਹੜਾ ਦਰਵਾਜ਼ਾ ਖੋਲੀਏ ਭੂਲ ਭੁਲਾਈਏ ਕਿਹੜਾ ਖੋਲਣ ਦਰਵਾਜ਼ਾ। ਹੈਲੋ ਗਾਇਸ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਅੱਜ ਆਪਾਂ ਚੱਲੇ ਲਾਈਟ ਡੈਕੋਰੇਸ਼ਨ ਕਰਨ। ਕਿੱਥੇ ਚੱਲੇ ਭਲਾ? ਨਵੇਂ ਪਿੰਡ। ਬਹੁਤ ਵੱਡੀ ਕੋਠੀ ਉਹ ਤਾਂ। ਲਾੜੇ ਬੜੇ ਵਧੀਆ ਜਿਹੇ ਨਵੇਂ ਪਿੰਡ ਪਹੁੰਚ ਗਏ। ਇਹਦੇ ਵਾਹਵਾ ਪੁਰਾਣਾ ਲੱਗਣ ਡਿਆ ਕਿਹਦਾ ਨਵਾਂ ਪਿੰਡ। ਇੱਥੇ ਰਾਜਮਹਿਲ 5 ਬਣਨੀ ਚਾਹੀਦੀ। ਲੋਕ ਬਾਈ ਗਾਇਸ ਅਸੀਂ ਪਹੁੰਚ ਚੁੱਕੇ ਹਾਂ। ਇੱਧਰ ਮੋਟਰ ਲਾਤਾ ਕੀ ਆ ਲਾਓ ਚੱਲੇ ਕੋਠੇ ਦੇ। ਐਨੀਮਲ ਦੀ 500 ਕਰੋੜ ਕਲੈਕਸ਼ਨ ਹੋਈ ਤੇ ਆਹ ਐਨੀਮਲ ਦੀ ਇੰਨੀ ਕਲੈਕਸ਼ਨ ਹੋਈ ਹੈ। ਆਪੇ ਗੱਲਾਂ ਮਰੀ ਜਾਣ ਡੀ। ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿਹੜਾ ਦਰਵਾਜ਼ਾ ਖੋਲੀਏ ਭੂਲ ਭੁਲਾਈਏ ਕਿਹੜਾ ਖੋਲਣਾ ਦਰਵਾਜ਼ਾ। ਚੰਗਾ ਕਿਹੜਾ ਵਾ ਕਿਹੜਾ ਖੋਲਣਾ ਇਹ ਦਰਵਾਜ਼ਾ। ਇਹੀ ਆ ਦੇਵੋ ਅੱਗੇ ਜਾ ਕੇ। ਚਲੋ ਠੀਕ ਹੈ, ਇੱਕ ਲੈਵਲ ਪਾਰ ਕੀਤਾ, ਦੂਜੇ ਲੈਵਲ 'ਤੇ ਫਿਰ ਦਰਵਾਜ਼ੇ ਆ ਗਏ। ਚਾਰ ਫੇੜੇ ਆ ਗਏ ਆ, ਸਾਰਾ ਪਿੰਡ ਦੇਖਣ ਡਿਆ ਇੱਥੋਂ। ਸਾਰੇ ਚਾਰੇ ਪਾਸੇ ਲੜੀਆਂ ਪਾਉਣੀਆਂ। ਆਹ ਕੀ ਹੈ ਹਿੰਦੂ ਭਾਅ ਜੀ? ਹਿੰਦੂ ਭਾਅ ਜੀ ਰੋਟੀ ਖਾ ਲਓ ਪਹਿਲਾਂ। ਖੋਲੋ ਸੈਣਾ ਦਰੀਆਂ। ਆਪ ਵੀ ਕਰਦਾ ਹੀ ਇਹ ਗੱਲਾਂ, ਆਪ ਬੜੀਆਂ ਕਰਦੇ ਭਰਾ। ਲੋ ਬਈ ਗਾਈਸ, ਹੁਣ ਇੱਧਰ ਪਾਉਣਗੇ ਲਾਈਟਾਂ ਬੈਕ ਸਾਈਡ ਤੇ ਪਹਿਲਾਂ, ਉਹ ਅੱਗੇ ਪਾਉਣੀਆਂ ਵਾ ਜਿਹੜੀਆਂ ਇੱਧਰ ਪਾਉਣਗੀਆਂ ਪਹਿਲਾਂ। ਹਿੰਦੀ ਵਾਲੀ ਭੈਣ ਵੀ ਨਾਲ ਆਈ ਸਾਡੇ ਘੁੰਗ ਵੱਟ ਕੇ। ਇਸ ਉੱਧਰ ਪੈ ਗਈਆਂ ਸਾਰੀਆਂ ਲੜੀਆਂ, ਬਸ ਥੋੜ੍ਹੀਆਂ ਹੀ ਰਹਿ ਗਈਆਂ 2-3 ਹੀ, ਬਾਕੀ ਇੱਧਰ ਵੀ ਪੈ ਗਈਆਂ। ਹਿੰਦੂ ਭਾਅ ਜੀ ਡੇ ਇੱਧਰ ਕਨੈਕਸ਼ਨ ਕਰਨ ਅਤੇ ਚਾਹ ਆ ਗਈ, ਚਾਹ ਪੀਣ ਲੱਗੇ ਡੈਡੀ ਹੁਣੀ। ਮੈਂ ਤਾਂ ਪੀਣੀ ਨਹੀਂ ਚਾਹ, ਮੈਂ ਪਾਣੀ ਪੀਊਂਗਾ ਜਾਦੂ। ਗਾਇਸ ਗਰਮੀ ਬੜੀ ਲੱਗਣ ਡੀ, ਇੱਦਾਂ ਮੌਸਮ ਜ਼ਿਆਦਾ ਗਰਮੀ ਲੱਗਣ ਡੀ ਆ। ਫੜਦਾ ਸੁੱਟਦਾ ਖਾਲੀ ਦਿੱਤੀ। ਅੱਛਾ ਉੱਧਰ ਵੀ ਸਾਰੇ ਪੈ ਗਈਆਂ, ਇੱਧਰ ਵੀ ਸਾੜੀ ਮੌਂਟੀ 'ਤੇ ਪੈ ਗਈਆਂ ਉੱਤੇ। ਹਾਂ ਮੌਂਟੀ ਸਾੜੀ, ਐਡਾ ਤਾਂ ਕਿਹਦਾ ਲੈਂਟ ਨਹੀਂ ਹੋਣਾ ਜਿੱਡੀ ਮੌਂਟੀ ਹੈ। ਹੈਂ ਵੇ ਚਲੋ ਠਾਣ ਵੇਖ ਲਓ ਕਿੰਨਾ ਉੱਚਾ ਜੀ। ਇੱਧਰ ਸਮਾਨ ਸਾਰਾ ਰੱਖਿਆ ਆਪਾਂ, ਉਹ ਵੀ ਲੜੀਆਂ ਪੈ ਗਈਆਂ ਸਾੜੀਆਂ, ਬਸ ਫਰੰਟ ਹੀ ਰਹਿ ਗਿਆ। ਇੱਧਰੋਂ ਭੁੱਖ ਵੀ ਬੜੀ ਲੱਗ ਗਈ ਹੈ। ਲੱਗੀ ਤੈਨੂੰ ਭੁੱਖ? ਹੈਂ ਕਿੰਨੀ ਕੁ?
ਸਗਨ ਗੱਲ ਹੀ ਹੈ। ਡੈਡੀ ਹੁਣੀ ਆ ਉਹ ਪਾਣੀ ਪੀਣ ਦੇ ਆ ਗਏ ਆਪਾਂ ਵੀ। ਰੋਟੀ ਖਾਣ ਚੱਲੇ ਹਾਂ ਆਪਾਂ, ਗਰਮੀ ਬਹੁਤ ਜ਼ਿਆਦਾ ਹੈ। ਲੜੀਆਂ ਤੋਂ ਤਾਂ ਸਾਰੇ ਸਾਰੇ ਪੈ ਗਈਆਂ, ਇੱਧਰ ਵੀ ਪਾ ਦਿੱਤੀਆਂ ਲੜੀਆਂ। ਆਇਆ ਭਰਾ ਮੋਸ਼, ਇਹ ਬੜੀ ਲੇਟ ਹੁੰਦਾ ਹੁਣ ਖਾਣ ਡੇ ਰੋਟੀ। ਹਿੰਦੂ ਭਾਅ ਜੀ ਛੋਟੀ ਬੁਰਕੀ ਪਾ ਲਓ। ਗਾਈ ਸਾਹਿਬ ਰੋਟੀ ਦਿਖਾ ਕੇ ਆ ਗਈ, ਹੁਣ ਚੱਲੇ ਕੋਠੇ ਦੇ ਕਨੈਕਸ਼ਨ ਕਰਨ। ਚੱਲੋ ਚਰ ਬੋਤਲ ਨਾਲ ਨਾਲ ਹੀ ਰੱਖਦੇ ਆਪਣੇ। ਸਾੜੇ ਪੈ ਗਈ ਉੱਦਾਂ ਲੜੀ, ਬਸ ਕਨੈਕਸ਼ਨ ਹੀ ਕਰਨੀ। ਕਮੈਂਟ ਕਰਕੇ ਦੱਸਿਓ ਕਿੰਨੀਆਂ ਲੜੀਆਂ ਪਈਆਂ ਸਾਰੀ ਕੋਠੀ 'ਤੇ। ਗਾਈ ਸਾਰੀਆਂ ਲੜੀਆਂ ਪੈ ਗਈਆਂ, ਬਸ ਗਲੀ 'ਤੇ ਰਹਿ ਗਈਆਂ ਵਾ। ਇੱਧਰ ਆ ਵੀ ਥੱਕ ਗਏ ਹਿੰਦੂ ਭਾਅ ਜੀ ਵੀ, ਮੋਸ਼ ਵੀ ਥੱਕ ਗਿਆ, ਮੈਂ ਵੀ ਥੱਕ ਗਿਆ। ਅਤੇ ਆ ਇਹਨਾਂ ਦੇ ਗੁੱਛੇ ਬਣਾਉਣੇ ਬਸ, ਕਨੈਕਸ਼ਨ ਵੀ ਹੋ ਗਏ ਅਤੇ ਅਗਲੇ ਬੰਨੇ ਕਨੈਕਸ਼ਨ ਰਹਿ ਗਏ ਆ, ਬਸ ਫਿਰ ਘਰਾਂ ਨੂੰ। ਗਾਈਸ ਲੱਗ ਗਈਆਂ ਸਾਰੇ ਲੜੀਆਂ, ਅਤੇ ਮੋਸ਼ ਵੀ ਥੱਕ ਗਿਆ ਵਾ, ਬਹੁਤ ਜ਼ਿਆਦਾ ਥੱਕ ਗਿਆ। ਕੀ ਹੋਇਆ ਇੱਧਰਲੇ ਬੰਨੇ? ਉਹ ਤਾਂ ਗਾਂ ਹੀ ਸੁੱਟ ਰਹੀਆਂ ਵਾ, ਚੁੱਕਣੀਆਂ ਵਾ। ਠੀਕ ਜੀ, ਬਾਕੀ ਮੋਸ ਲਾ ਦੋ ਤਾਰ ਕਰਦੇ ਜਾਗੀਆਂ। ਕਿਹੜੀਆਂ ਕਰੀਆਂ ਠਾਂ ਸੁੱਟਣੀਆਂ? सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता, बस क्लिक हो जाना चाहिए।